ਪੰਜਾਬ ਵਕਫ ਬੋਰਡ ਦੇ ਐਗਜ਼ਾਮ ਦੇ ਵਿੱਚ 100 ਵਿੱਚੋਂ 10 ਕੁਐਸਚਨ ਵਕਫ ਐਕਟ ਦੇ ਉੱਤੇ ਆਉਣੇ ਨੇ। ਸੋ ਇਹਦਾ ਮਤਲਬ ਤੁਹਾਨੂੰ ਵਕਫ ਐਕਟ ਦੇ ਬਾਰੇ ਚੰਗੀ ਅਤੇ ਡੂੰਘੀ ਜਾਣਕਾਰੀ ਹੋਣੀ ਚਾਹੀਦੀ ਹੈ। ਤਾਂ ਪਹਿਲਾਂ ਆਪਾਂ ਨੂੰ ਜੇ ਐਕਟ ਬਾਰੇ ਪੜ੍ਹਨਾ ਤਾਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਵਕਫ ਕੀ ਹੁੰਦਾ। ਚਲੋ ਅੱਜ ਆਪਾਂ ਥੋੜ੍ਹੀ ਮੁੱਢਲੀ ਜਿਹੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਕਿ ਵਕਫ ਕੀ ਹੁੰਦਾ ਔਰ ਤੁਹਾਨੂੰ ਇਹਦੇ ਬਾਰੇ ਕੀ ਕੁਝ ਪੜ੍ਹਨਾ ਪਏਗਾ ਉਹਦੇ ਬਾਰੇ ਤੁਹਾਡੇ ਨਾਲ ਗੱਲ ਕਰਦੇ ਹਾਂ। ਪਹਿਲਾਂ ਆਪਾਂ ਇਹ ਸਮਝੀਏ ਕਿ ਹਿਸਟਰੀ ਦੇ ਵਿੱਚ ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀਗਾ। ਮੰਦਰਾਂ ਨੂੰ, ਗੁਰਦੁਆਰਿਆਂ ਨੂੰ, ਮਸੀਤਾਂ ਨੂੰ ਪ੍ਰੋਪਰਟੀਆਂ ਦਾਨ ਦਿੱਤੀਆਂ ਜਾਂਦੀਆਂ ਸੀ ਔਰ ਜਿਹੜੀਆਂ ਪ੍ਰੋਪਰਟੀਆਂ ਦਾਨ ਦਿੱਤੀਆਂ ਜਾਂਦੀਆਂ ਸੀਗੀਆਂ ਉਹ ਬੇਸਿਕਲੀ ਉੱਥੇ ਦੇ ਮਹੰਤ ਜਾਂ ਜਿਹੜੇ ਉਹਦੇ ਰਖਵਾਲੇ ਸੀਗੇ ਉਹ ਉਹਨਾਂ ਪ੍ਰੋਪਰਟੀਆਂ ਨੂੰ ਮੈਨੇਜ ਕਰਦੇ ਸੀਗੇ। ਉਹੀ ਉੱਥੇ ਸਕੂਲ ਚਲਾਉਂਦੇ ਸੀ, ਗਊਸ਼ਾਲਾ ਚਲਾਉਂਦੇ ਸੀ ਜਾਂ ਹੋਰ ਆਪਣਾ ਪੜ੍ਹਾਉਣ ਲਿਖਾਉਣ ਦਾ ਕੰਮ, ਜੋ ਵੀ ਗਰੀਬਾਂ ਵਾਸਤੇ ਕੰਮ ਕਰਨਾ ਉੱਥੇ ਉਹ ਕਰਦੇ ਸੀਗੇ। ਪਰ ਕੋਈ ਕਾਨੂੰਨ ਇਸ ਸੱਚ ਨਹੀਂ ਸੀ ਬਣਿਆ ਹੋਇਆ ਕਿ ਇਹਦੇ ਬਾਰੇ ਕੋਈ ਕਾਨੂੰਨ ਹੋਵੇ। ਤਾਂ ਫਿਰ 1863 ਦੇ ਵਿੱਚ ਬ੍ਰਿਟਿਸ਼ ਸਰਕਾਰ ਨੇ ਕਾਨੂੰਨ ਬਣਾਇਆ। ਉਹ ਕਾਨੂੰਨ ਦਾ ਪਰਪਜ਼ ਕੋਈ ਡਿਫਰੈਂਟ ਸੀਗਾ ਕਿ ਸਰਕਾਰ ਮੰਦਰਾਂ ਗੁਰਦੁਆਰਿਆਂ ਦੇ ਕੰਮਾਂ ਦੇ ਵਿੱਚ ਕੋਈ ਇੰਟਰਫੇਅਰ ਨਹੀਂ ਕਰੇਗੀ। ਉਹ ਉਹਦੇ ਪਿੱਛੇ ਕੁਛ ਹਿਸਟੋਰਿਕ ਕਾਰਨ ਸੀਗੇ। ਕਾਰਨ ਇਹ ਸੀਗੇ ਕਿ ਜਿਹੜੇ ਪਾਦਰੀ ਸੀਗੇ ਉਹ ਨਹੀਂ ਸੀ ਚਾਹੁੰਦੇ ਕਿ ਸਰਕਾਰ ਹਿੰਦੂਆਂ ਦੇ, ਮੁਸਲਮਾਨਾਂ ਦੇ ਕੰਮਾਂ ਦੇ ਵਿੱਚ ਕੋਈ ਇੰਟਰਫੇਅਰ ਕਰੇ ਔਰ ਉਹਨਾਂ ਨੂੰ ਲੱਗੇ ਕਿ ਉਹਨਾਂ ਨੂੰ ਕੋਈ ਬੜਾਵਾ ਦਿੱਤਾ ਜਾ ਰਿਹਾ। ਚਲੋ ਇਸ ਤੋਂ ਬਾਅਦ ਅਸੀਂ ਆਉਂਦੇ ਹਾਂ ਕਿ 1925 ਦੇ ਵਿੱਚ ਇੱਕ ਮਦਰਾਸ ਰਿਲੀਜੀਅਸ ਐਂਡ ਚੈਰੀਟੇਬਲ ਐਂਡਾਊਮੈਂਟ ਐਕਟ ਬਣਾਇਆ ਗਿਆ। ਇਸ ਦੇ ਮੁਤਾਬਕ ਜਿਹੜੀਆਂ ਮੰਦਰਾਂ ਦੀਆਂ ਪ੍ਰੋਪਰਟੀਆਂ ਸੀਗੀਆਂ ਉਹਨਾਂ ਨੂੰ ਮੈਨੇਜ ਕਰਨ ਵਾਸਤੇ, ਮੰਦਰਾਂ ਦੀਆਂ, ਮਦਰੱਸਿਆਂ ਦੀਆਂ ਜਾਂ ਮੁਸਲਿਮ ਦੀ ਪ੍ਰੋਪਰਟੀ ਨੂੰ ਮੈਨੇਜ ਕਰਨ ਵਾਸਤੇ ਇਹ ਇੱਕ ਐਕਟ ਬਣਾਇਆ ਗਿਆ। ਪਰ ਫਿਰ ਮੁਸਲਮਾਨਾਂ ਨੇ ਅਤੇ ਕ੍ਰਿਸਚਨ ਨੇ ਰੌਲਾ ਪਾ ਲਿਆ ਅਕੋਰਡਿੰਗ ਟੂ ਦੈਮ ਕਿ ਸਾਡੇ ਆਪਣੇ ਕਾਨੂੰਨ ਨੇ, ਸਾਡੇ ਵਾਸਤੇ ਤੁਸੀਂ ਕੋਈ ਕਾਨੂੰਨ ਨਹੀਂ ਬਣਾ ਸਕਦੇ। ਫਿਰ ਸਰਕਾਰ ਨੂੰ ਫਿਰ ਉੱਥੇ ਬਦਲਾਅ ਕਰਨਾ ਪਿਆ। ਉਹਨਾਂ ਨੇ ਇਸ ਐਕਟ ਦਾ ਨਾਂ ਬਦਲ ਕੇ ਮਦਰਾਸ ਹਿੰਦੂ ਰਿਲੀਜੀਅਸ ਐਂਡ ਐਂਡਾਊਮੈਂਟ ਐਕਟ ਕਰ ਦਿੱਤਾ। ਦੈਟ ਮੀਨਸ ਨਾ ਉਹ ਹਿੰਦੂਆਂ ਵਾਸਤੇ ਕਾਨੂੰਨ ਅਲੱਗ ਹੋ ਗਿਆ, ਮੁਸਲਮਾਨਾਂ ਵਾਸਤੇ ਅਲੱਗ ਹੋ ਗਿਆ, ਕ੍ਰਿਸਚਨ ਵਾਸਤੇ ਅਲੱਗ ਹੋ ਗਿਆ। ਉੱਧਰ ਸਿੱਖਾਂ ਨੇ 1920 ਦੇ ਵਿੱਚ ਇੱਕ ਗੁਰਦੁਆਰਾ ਸੁਧਾਰ ਮੂਵਮੈਂਟ ਚਲਾਈ ਸੀਗੀ, ਗੁਰਦੁਆਰਾ ਸੁਧਾਰ ਮੂਵਮੈਂਟ, ਰਿਫੋਰਮ ਮੂਵਮੈਂਟ ਚਲਾਈ ਸੀਗੀ। ਉਹਦੇ ਮੁਤਾਬਕ 1925 ਸਿੱਖ ਗੁਰਦੁਆਰਾ ਐਕਟ ਬਣਾ ਦਿੱਤਾ ਗਿਆ। ਜਿੰਨੇ ਸਿੱਖਾਂ ਦੇ ਗੁਰਦੁਆਰੇ ਸੀਗੇ ਉਹਨਾਂ ਵਾਸਤੇ ਇੱਕ ਔਰਗਨਾਈਜੇਸ਼ਨ ਬਣਾਤੀ ਗਈ, ਦੈਟ ਇਜ਼ SGPC ਬਣਾ ਦਿੱਤੀ ਗਈ, ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਤੀ ਗਈ। ਨਾ ਇਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ ਹਰ ਧਰਮ ਦੇ ਵਾਸਤੇ ਅਲੱਗ ਅਲੱਗ ਕਾਨੂੰਨ ਬਣ ਗਿਆ। ਇਸੇ ਤਰੀਕੇ ਨਾਲ ਜਿਹੜੇ ਆਪਣੇ ਮੁਸਲਿਮ ਧਰਮ ਵਾਸਤੇ ਉਹਨਾਂ ਵਾਸਤੇ ਜਿਹੜਾ ਐਕਟ ਬਣਿਆ ਉਹਨੂੰ ਅਸੀਂ ਕਹਿੰਦੇ ਹਾਂ ਵਕਫ ਐਕਟ ਕਹਿੰਦੇ ਹਾਂ। ਔਰ ਸਭ ਤੋਂ ਪਹਿਲਾਂ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ 1913 ਦੇ ਵਿੱਚ ਇੱਕ ਕਾਨੂੰਨ ਬਣਿਆ, ਠੀਕ ਹੈ ਜੀ। ਉਸ ਤੋਂ ਬਾਅਦ 1960 ਦੇ ਵਿੱਚ, 54 ਦੇ ਵਿੱਚ ਵੀ ਬਣਿਆ, ਫਿਰ 60 ਦੇ ਵਿੱਚ, ਅਖੀਰ 'ਚ ਜਾ ਕੇ 1995 ਦੇ ਵਿੱਚ ਜਿਹੜਾ ਸੀਗਾ ਇਹਨੂੰ ਪ੍ਰੋਪਰਲੀ ਕੋਡੀਫਾਈ ਕਰਕੇ ਜਿਹੜਾ ਹੈ ਇਹਨੂੰ ਵਕਫ ਐਕਟ ਕਿਹਾ ਜਾਂਦਾ ਹੈ, ਇਹਨੂੰ ਹੁਣ ਵਕਫ ਐਕਟ ਕਿਹਾ ਜਾਂਦਾ ਹੈ। ਫਿਰ 2013 ਦੇ ਵਿੱਚ ਇਹਦੇ 'ਚ ਅਮੈਂਡਮੈਂਟ ਕੀਤੀ ਗਈ। ਅਮੈਂਡਮੈਂਟ ਕੀ ਕੀਤੀ ਗਈ ਕਿ ਵਕਫ ਦੇ ਸਪੈਲਿੰਗ ਚੇਂਜ ਕਰ ਦਿੱਤੇ ਗਏ। ਵਕਫ ਦੇ ਸਪੈਲਿੰਗ ਕੀ, ਪਹਿਲਾਂ ਕੇ ਨਾਲ ਚੱਲਦਾ ਸੀਗਾ, ਹੁਣ ਕੀ ਕਰ ਦਿੱਤੇ ਗਏ, WAQF ਕਰ ਦਿੱਤੇ ਗਏ। ਪਹਿਲਾਂ ਵਕਫ ਦਾ ਜਿਹੜਾ ਪਲੂਰਲ ਸੀਗਾ ਉਹਨੂੰ ਵਕਫਸ ਕਹਿੰਦੇ ਸੀਗੇ, ਹੁਣ ਉਹਨੂੰ ਔਕਾਫ ਕਹਿ ਦਿੱਤਾ ਗਿਆ, ਠੀਕ ਹੈ। ਸੋ ਦੀਜ਼ ਆਰ ਦਾ ਮਾਈਨਰ ਚੇਂਜਿਸ ਜਿਹੜੀਆਂ ਕਿ ਇਹ ਕੀਤੀਆਂ ਗਈਆਂ ਬਾਏ ਦਾ 2013 ਅਮੈਂਡਮੈਂਟ। ਬਾਕੀ ਬੇਸਿਕਲੀ ਕਾਨੂੰਨ ਜਿਹੜਾ ਸੀਗਾ ਉਹ ਉਸੇ ਤਰੀਕੇ ਨਾਲ ਪਹਿਲਾਂ ਵੀ ਚੱਲ ਰਿਹਾ ਸੀਗਾ ਅਤੇ ਹੁਣ ਵੀ ਚੱਲ ਰਿਹਾ। ਇਹਦੇ ਕਿਹੜੇ ਕਿਹੜੇ ਚੈਪਟਰ ਨੇ, ਕਿੰਨੇ ਚੈਪਟਰ ਨੇ, ਆਪਾਂ ਉਹਦੇ ਬਾਰੇ ਡਿਟੇਲ ਦੇ ਵਿੱਚ ਗੱਲ ਕਰਾਂਗੇ ਜਦੋਂ ਆਪਾਂ ਇਸ ਕਾਨੂੰਨ ਨੂੰ ਡਿਟੇਲ ਦੇ ਵਿੱਚ ਪੜ੍ਹਾਂਗੇ। ਹੁਣ ਆਪਾਂ ਥੋੜ੍ਹੀ ਮੁੱਢਲੀ ਜਾਣਕਾਰੀ ਵਕਫ ਹੁੰਦਾ ਕੀ ਹੈ, ਆਪਾਂ ਇਹ ਦੇਖੀਏ ਕਿ ਇਸਲਾਮ ਧਰਮ ਦੇ ਆਉਣ ਤੋਂ ਪਹਿਲਾਂ, ਔਰ ਇਸਲਾਮ ਤੁਹਾਨੂੰ ਪਤਾ ਕਿ ਇਹ ਅਰਬ ਦੇ ਵਿੱਚ ਇਹ ਧਰਮ ਦਾ ਜਨਮ ਹੋਇਆ, ਉਹਦੇ ਆਉਣ ਤੋਂ ਪਹਿਲਾਂ ਵਕਫ ਦਾ ਕੋਈ ਕੰਸੈਪਟ ਧਰਮ ਦੇ ਵਿੱਚ ਨਹੀਂ ਸੀ, ਇਸਲਾਮ ਦੇ ਵਿੱਚ ਵੀ ਨਹੀਂ ਸੀਗਾ, ਜਾਂ ਉੱਥੇ ਦੇ ਟ੍ਰੈਡੀਸ਼ਨਲ ਜਿਹੜੇ ਸੀਗੇ ਉਹਨਾਂ ਵਿੱਚ ਵੀ ਨਹੀਂ ਸੀਗਾ। ਸੋ ਇਸਲਾਮ ਧਰਮ ਦੇ ਆਉਣ ਦੇ ਨਾਲ ਨਾਲ ਜਿਹੜਾ ਸੀਗਾ ਵਕਫ ਦਾ ਐਕਟ ਜਾਂ ਜਿਹੜਾ ਕੰਸੈਪਟ ਜਿਹੜਾ ਸੀਗਾ ਇਹ ਉਸ ਧਰਮ ਦੇ ਵਿੱਚ ਆਇਆ। ਹੁਣ ਭਾਵੇਂ ਇਹ ਕਿਹਾ ਜਾ, ਇਹ ਦੇਖਦੇ ਹਾਂ ਅਸੀਂ ਕਿ ਕੁਰਾਨ ਦੇ ਵਿੱਚ ਕੋਈ ਮੈਂਸ਼ਨ ਨਹੀਂ ਹੈ ਵਕਫ ਵਰਡ ਦਾ, ਪਰ ਇਸਲਾਮਿਕ ਲਾਅ ਦੇ ਵਿੱਚ ਈਵਨ ਪ੍ਰੋਫਿਟ ਮੁਹੰਮਦ ਦੇ ਟਾਈਮ ਦੇ ਉੱਤੇ ਵਕਫ ਵਰਡ ਦਾ ਜਿਹੜਾ ਸੀਗਾ ਇਹ ਯੂਜ਼ ਕੀਤਾ ਗਿਆ। ਔਰ ਮੁਸਲਿਮ ਲਾਅ ਦੇ ਵਿੱਚ ਵੀ ਬੇਸਿਕਲੀ ਦੋ ਲਾਅ ਆ ਜਾਂਦੇ ਨੇ,
ਸੁੰਨੀ ਲਾਓ ਆ ਜਾਂਦਾ ਅਤੇ ਸ਼ੀਆ ਲਾਓ ਆ ਜਾਂਦਾ। ਠੀਕ ਹੈ ਜੀ। ਸੋ ਇਹਨਾਂ ਦੇ ਵਿੱਚ ਵਕਫ ਦਾ ਕੀ ਡੈਫੀਨੇਸ਼ਨ ਹੈ, ਥੋੜ੍ਹਾ ਜਿਹਾ ਫਰਕ ਉਹਨਾਂ ਦੇ ਵਿੱਚ ਹੈ, ਉਸ ਚੀਜ਼ ਨੂੰ ਵੀ ਆਪਾਂ ਡਿਟੇਲ ਦੇ ਵਿੱਚ ਦੇਖਾਂਗੇ। ਹਨਾਫੀ ਸਕੂਲ ਦੇ ਵਿੱਚ ਆਪਾਂ ਦੇਖਦੇ ਹਾਂ, ਜਿਹੜਾ ਕਿ ਮੈਜੋਰਟੀ ਲੋਕ ਐਕਸੈਪਟ ਕਰਦੇ ਨੇ, ਕਿ ਵਟ ਇਜ਼ ਏ ਵਕਫ, ਐਕਸਟੈਂਸ਼ਨ ਆਫ ਪ੍ਰੋਪਰਾਈਟਰਸ ਓਨਰਸ਼ਿਪ, ਡਿਟੈਂਸ਼ਨ ਇਨ ਦਾ ਨੇਮ ਓਨਰਸ਼ਿਪ ਆਫ ਗੋਡ ਇਨ ਸੱਚ ਏ ਮੈਨਰ ਦੈਟ ਪ੍ਰੋਫਿਟ ਮੇ ਰਿਵਰਟ ਟੂ ਐਂਡ ਬੀ ਅਪਲਾਈਡ ਟੂ ਦਾ ਬੈਨੀਫਿਟ ਆਫ ਮੈਨਕਾਈਂਡ। ਆਪਾਂ ਜੇ ਇਹਨੂੰ ਸੌਖੇ ਸ਼ਬਦਾਂ ਦੇ ਵਿੱਚ ਕਹੀਏ ਕਿ ਇੱਕ ਬੰਦਾ ਪ੍ਰੋਪਰਟੀ ਡੋਨੇਟ ਕਰਦਾ, ਉਹਨੂੰ ਅਸੀਂ ਡੋਨਰ ਕਹਿੰਦੇ ਹਾਂ, ਉਹ ਪ੍ਰੋਪਰਟੀ ਜਿਹੜੀ ਡੋਨੇਟ ਕਰਦਾ ਉਹਨੂੰ ਵਕਫ ਕਹਿੰਦੇ ਹਾਂ, ਔਰ ਜਿਹੜਾ ਉਸ ਪ੍ਰੋਪਰਟੀ ਨੂੰ ਮੈਨੇਜ ਕਰਦਾ ਉਹਨੂੰ ਅਸੀਂ ਮੁਤਵੱਲੀ ਕਹਿੰਦੇ ਹਾਂ। ਠੀਕ ਹੈ ਜੀ। ਇੱਥੇ ਡੋਨ ਇਸਲਾਮ ਦੇ ਵਿੱਚ ਡੋਨਰ ਨੂੰ ਕਿਹਾ ਕੀ ਕਿਹਾ ਜਾਂਦਾ, ਇਹਨੂੰ ਇੱਥੇ ਵਾਕਿਫ ਕਿਹਾ ਜਾਂਦਾ। ਜਿਹੜੀ ਪ੍ਰੋਪਰਟੀ ਡੋਨੇਟ ਕੀਤੀ ਜਾਂਦੀ ਹੈ ਉਹਨੂੰ ਵਕਫ ਕਿਹਾ ਜਾਂਦਾ, ਜਿਹੜਾ ਪ੍ਰੋਪਰਟੀ ਨੂੰ ਮੈਨੇਜ ਕਰਿਆ ਉਹਨੂੰ ਮੁਤਵੱਲੀ ਕਿਹਾ ਜਾਂਦਾ। ਔਰ ਹੁਣ ਆਪਾਂ ਇਹ ਵੀ ਦੇਖ ਲਈਏ ਕਿ ਬੇਸਿਕ ਪਰਪਸ ਕੀ ਹੈ, ਐਕਸਟੈਂਸ਼ਨ ਆਫ ਪ੍ਰੋਪਰਟੀ। ਮੈਂ ਜਿਹਨੇ ਪ੍ਰੋਪਰਟੀ ਦਿੱਤੀ ਹੈ ਉਹਨੇ ਆਪਣੇ ਵੱਲੋਂ ਪ੍ਰੋਪਰਟੀ ਪੂਰੀ ਦਾਨ ਕਰ ਦਿੱਤੀ, ਉਹਦਾ ਇਸ ਪ੍ਰੋਪਰਟੀ ਦੇ ਉੱਤੇ ਕੋਈ ਹੱਕ ਨਹੀਂ ਰਿਹਾ। ਐਕਸਟੈਂਸ਼ਨ ਆਫ ਪ੍ਰੋਪਰਟੀ ਓਨਰਸ਼ਿਪ ਦਾ ਮਤਲਬ ਇਹ ਹੈ ਕਿ ਜੇ ਮੈਂ ਪ੍ਰੋਪਰਟੀ ਦਾਨ ਕਰ ਦਿੱਤੀ ਤਾਂ ਦਾਨ ਕਰ ਦਿੱਤੀ, ਉਹਦੇ ਉੱਤੇ ਮੇਰਾ ਕੋਈ ਹੱਕ ਨਹੀਂ ਰਿਹਾ। ਔਰ ਹੁਣ ਇਹ ਪ੍ਰੋਪਰਟੀ ਕਿਹਦੇ ਨਾਂ ਦੇ ਉੱਤੇ ਹੋ ਗਈ, ਇਹ ਰੱਬ ਦੇ ਨਾਂ ਦੇ ਉੱਤੇ ਹੋ ਗਈ। ਇਹਦਾ ਓਨਰ ਕੌਣ ਹੋ ਗਿਆ, ਰੱਬ ਹੋ ਗਿਆ, ਜਾਂ ਮੁਸਲਿਮ ਲਾਅ ਦੇ ਵਿੱਚ ਅੱਲਾਹ ਹੋ ਗਿਆ। ਠੀਕ ਹੈ। ਔਰ ਇਹਤੋਂ ਜਿਹੜੀ ਆਮਦਨ ਆਏਗੀ ਉਹ ਕਿਹਦੇ ਵਾਸਤੇ ਯੂਜ਼ ਕੀਤੀ ਜਾਏਗੀ, ਉਹ ਬੈਨੀਫਿਟ ਆਫ ਮੈਨਕਾਈਂਡ ਵਾਸਤੇ ਯੂਜ਼ ਕੀਤੀ ਜਾਏਗੀ, ਇਨਸਾਨੀਅਤ ਦੇ ਭਲੇ ਵਾਸਤੇ ਯੂਜ਼ ਕੀਤੀ ਜਾਏਗੀ। ਸੋ ਇਸ ਤਰੀਕੇ ਦੇ ਨਾਲ ਜਿਹੜਾ ਕੰਸੈਪਟ ਹੈ ਇਹ ਵਕਫ ਦਾ ਬੇਸਿਕ ਕੰਸੈਪਟ ਹੋ ਗਿਆ। ਆਪਾਂ ਦੁਬਾਰਾ ਇਹਨੂੰ ਕਰ ਲਈਏ ਕਿ ਪ੍ਰੋਪਰਟੀ ਕਿਸੇ ਨੇ ਦਾਨ ਕੀਤੀ ਕਿਸ ਪਰਪਜ਼ ਵਾਸਤੇ, ਦੁਨੀਆ ਦੇ ਭਲੇ ਵਾਸਤੇ ਕੀਤੀ, ਇਨਸਾਨੀਅਤ ਦੇ ਭਲੇ ਵਾਸਤੇ ਪ੍ਰੋਪਰਟੀ ਦਾਨ ਕੀਤੀ, ਔਰ ਉਹ ਪ੍ਰੋਪਰਟੀ ਕਿਹਦੇ ਨਾਂ 'ਤੇ ਹੋ ਗਈ, ਉਹ ਰੱਬ ਦੇ ਨਾਂ ਹੋ ਗਈ ਜਾਂ ਅੱਲਾਹ ਦੇ ਨਾਂ ਹੋ ਗਏ ਪ੍ਰੋਪਰਟੀ ਉਹ, ਔਰ ਉਹਦੇ ਵਿੱਚ ਜਿਹੜੇ ਬੰਦੇ ਨੇ ਪ੍ਰੋਪਰਟੀ ਦਾਨ ਕੀਤੀ ਹੈ ਉਹਦਾ ਕੋਈ ਰੋਲ ਖਤਮ ਹੋ ਗਿਆ, ਉਸ ਪ੍ਰੋਪਰਟੀ ਨੂੰ ਵਕਫ ਕਿਹਾ ਜਾਂਦਾ। ਔਰ ਐਸੀਆਂ ਪ੍ਰੋਪਰਟੀਆਂ ਨੂੰ ਮੈਨੇਜ ਕਰਨ ਵਾਸਤੇ, ਇਹਨਾਂ ਦਾ ਪ੍ਰੋਪਰ ਰੱਖ ਰਖਾਵ ਕਰਨ ਵਾਸਤੇ ਜਿਹੜਾ ਕਾਨੂੰਨ ਬਣਾਇਆ ਗਿਆ ਉਸਨੂੰ ਅਸੀਂ ਕੀ ਕਹਿ ਦਿੰਦੇ ਹਾਂ, ਵਕਫ ਐਕਟ ਕਹਿ ਦਿੰਦੇ ਹਾਂ, ਜਿਹੜਾ ਕਿ ਇਸ ਵੇਲੇ ਲਾਗੂ ਹੈ, ਵਕਫ ਐਕਟ ਹੈ। ਠੀਕ ਹੈ। ਇਹ ਸੇਮ ਚੀਜ਼ ਟਾਈਮ ਆਫ ਪ੍ਰੋਪਰਟੀ, ਆਲ ਦੀਸ ਅ ਸੇਮ ਥਿੰਗ। 1913 'ਚ ਚੇਂਜ ਹੋਇਆ ਜਿਹੜਾ ਕਾਨੂੰਨ ਬਣਿਆ ਪਹਿਲਾਂ, ਫਿਰ 1954 ਦੇ ਵਿੱਚ ਹੋਇਆ, ਫਿਰ ਆਪਾਂ ਜਦੋਂ ਦੇਖਾਂਗੇ ਕਿ ਵਕਫ ਦਾ ਮਤਲਬ ਕੀ ਹੁੰਦਾ, ਕਿੰਨੇ ਤਰ੍ਹਾਂ ਦੇ ਵਕਫ ਹੁੰਦੇ ਨੇ ਇਹਦੇ ਬਾਰੇ ਗੱਲ ਕਰਾਂਗੇ, ਓਬਜੈਕਟ ਕੀ ਹੁੰਦਾ ਉਹਦੇ ਬਾਰੇ ਗੱਲ ਕਰਾਂਗੇ, ਮੁਤਵੱਲੀ ਜਿਹੜਾ ਸੀਗਾ ਉਹ ਕਿਵੇਂ ਬਣਦਾ, ਕੌਣ ਬਣ ਸਕਦਾ, ਕੀ ਕੰਮ ਨੇ ਉਹਦੇ, ਇਹਦੇ ਬਾਰੇ ਆਪਾਂ ਗੱਲ ਕਰਾਂਗੇ, ਕਿਹੜੇ ਕਿਹੜੇ ਤਰੀਕੇ ਨੇ ਵਕਫ ਬਣਾਉਣ ਦੇ ਇਹਦੇ ਬਾਰੇ ਗੱਲ ਕਰਾਂਗੇ, ਇਹਦੇ ਲਾਅ ਦੇ ਵਿੱਚ ਇਹਦੇ ਕੀ ਕੋਨਸੀਕੁਐਂਸਿਸ ਨੇ ਇਹਦੇ ਬਾਰੇ ਗੱਲ ਕਰਾਂਗੇ। ਸੋ ਦੀਜ਼ ਆਰ ਦਾ ਡਿਫਰੈਂਟ ਥਿੰਗਸ ਜਿਹੜੀਆਂ ਕਿ ਆਪਾਂ ਵਕਫ ਬਾਰੇ ਸਾਨੂੰ ਪਤਾ ਹੋਣੀਆਂ ਚਾਹੀਦੀਆਂ, ਔਰ ਆਪਾਂ ਇਹਨਾਂ ਬਾਰੇ ਜਦੋਂ ਗੱਲ ਕਰਾਂਗੇ ਤਾਂ ਆਪਾਂ ਵਕਫ ਐਕਟ ਨੂੰ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਪੜ੍ਹ ਕੇ ਇਹਨਾਂ ਚੀਜ਼ਾਂ ਨੂੰ ਸਮਝ ਲਵਾਂਗੇ। ਹੁਣ ਇਹ ਵਕਫ ਐਕਟ ਹੈ ਜਿਹਨੂੰ ਕਿ 9 ਚੈਪਟਰਾਂ ਦੇ ਵਿੱਚ ਡਿਵਾਈਡ ਕੀਤਾ ਹੋਇਆ, ਇਹਦੇ 9 ਚੈਪਟਰ ਨੇ। ਸਭ ਤੋਂ ਪਹਿਲੇ ਚੈਪਟਰ ਦੇ ਵਿੱਚ ਡੈਫੀਨੇਸ਼ਨ ਇਹ ਇੰਪੋਰਟੈਂਟ ਨੇ, ਫਿਰ ਸਰਵੇ ਆਫ ਔਕਾਫ, ਔਕਾਫ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਵਕਫ ਦੇ ਪਲੂਰਲ ਨੂੰ ਪਹਿਲਾਂ ਵਕਫ ਕਿਹਾ ਜਾਂਦਾ ਸੀਗਾ, ਹੁਣ ਕੀ ਕਿਹਾ ਜਾਂਦਾ, ਉਹਨੂੰ ਔਕਾਫ ਕਿਹਾ ਜਾਂਦਾ। ਠੀਕ ਹੈ ਜੀ। ਸੋ ਇਸ ਔਕਾਫ ਕੀ ਹੁੰਦਾ, ਕਿਵੇਂ ਪ੍ਰੋਪਰਟੀ ਦੀ ਲਿਸਟ ਬਣੇਗੀ, ਕੌਣ ਕਰੇਗਾ, ਫਿਰ ਸੈਂਟਰਲ ਵਕਫ ਕੌਂਸਲ ਕੀ ਚੀਜ਼ ਹੁੰਦੀ ਹੈ, ਇਹਦੇ 'ਚ ਜਿਹੜਾ ਬੋਰਡ ਬਣਾਏ ਗਏ ਉਹ ਕੀ ਚੀਜ਼ ਹੁੰਦੇ ਨੇ, ਇਹਨਾਂ ਬਾਰੇ ਗੱਲ ਕਰਾਂਗੇ, ਔਰ ਉਹਦੇ ਕੀ ਫੰਕਸ਼ਨ ਹੁੰਦੇ ਨੇ ਇਹਨਾਂ ਬਾਰੇ ਗੱਲ ਹੋਏਗੀ, ਫਿਰ ਰਜਿਸਟ੍ਰੇਸ਼ਨ ਆਫ ਔਕਾਫ ਉਹ ਕਿਵੇਂ ਹੋਏਗਾ ਉਹਦੇ ਬਾਰੇ ਗੱਲ ਕਰਾਂਗੇ, ਦੈਨ ਮੇਨਟੇਨੈਂਸ ਆਫ ਅਕਾਊਂਟਸ ਆਫ ਔਕਾਫ, ਉਹਦੀਆਂ ਕੀ ਰਿਸਪੋਂਸੀਬਿਲਟੀ ਨੇ, ਕਿਹੜੇ ਕਿਹੜੇ ਤਰੀਕੇ ਨਾਲ ਇਹਨਾਂ ਨੂੰ ਮੇਨਟੇਨ ਕੀਤਾ ਜਾਏਗਾ ਉਹਦੇ ਬਾਰੇ ਗੱਲ ਹੋਏਗੀ, ਦੈਨ ਫਾਈਨੈਂਸਿਸ ਆਫ ਦਾ ਬੋਰਡ ਉਹ ਕਿਸ ਤਰੀਕੇ ਨਾਲ ਰੱਖੇ ਜਾਣਗੇ, ਉਹਦਾ ਵਕਫ ਦਾ ਫੰਡ ਕੀ ਹੋਏਗਾ ਇਹਦੇ ਬਾਰੇ ਗੱਲ ਕੀਤੀ ਜਾਏਗੀ, ਦੈਨ ਜੁਡੀਸ਼ੀਅਲ ਪ੍ਰੋਸੀਡਿੰਗਸ ਜਿਹੜੀਆਂ ਸੀਗੀਆਂ ਇਹਦੇ 'ਚ ਕਿਵੇਂ ਹੋਣਗੀਆਂ ਉਹਨਾਂ ਇਹਨਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ, ਲਾਸਟ ਵਿੱਚ ਮਿਸਲੇਨੀਅਸ ਕਿ ਸੈਂਟਰਲ ਗੌਰਮੈਂਟ ਦੀ ਕੀ ਪਾਵਰ ਹੈ, ਸਟੇਟ ਗੌਰਮੈਂਟ ਕਿਵੇਂ ਡਾਇਰੈਕਸ਼ਨ ਦੇ ਸਕਦੀ ਹੈ, ਬੋਰਡ ਨੂੰ ਕਿਵੇਂ ਸੁਪਰਸੀਡ ਕੀਤਾ ਜਾ ਸਕਦਾ, ਇਹ ਸਾਰੀਆਂ ਗੱਲਾਂ ਜਿਹੜੇ ਸੀਗੀਆਂ ਇਹ ਵਕਫ ਐਕਟ ਦਾ ਪਾਰਟ ਨੇ, ਇਹਨਾਂ ਨੂੰ ਆਪਾਂ ਡਿਟੇਲ ਦੇ ਵਿੱਚ ਜਦੋਂ ਐਕਟ ਪੜ੍ਹਾਂਗੇ
ਤਾਂ ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਇਹਦੇ ਬਾਰੇ ਜਿਹੜਾ ਸੀਗਾ ਆਪਾਂ ਇਹ ਦੇਖਾਂਗੇ ਕਿਸ ਤਰ੍ਹਾਂ ਦੇ ਕੁਐਸਚਨ ਹੋ ਸਕਦੇ ਨੇ, ਡੈਫੀਨੇਸ਼ਨਾਂ 'ਤੇ ਕੁਐਸਚਨ ਆਉਣਗੇ, ਵਕਫ ਕੌਂਸਲ ਦੇ ਉੱਤੇ ਕੁਐਸਚਨ ਆਉਣਗੇ, ਪਾਵਰਸ ਆਫ ਦਾ ਕੌਂਸਲ ਦੇ ਉੱਤੇ ਕੁਐਸਚਨ ਆਉਣਗੇ, ਔਕਾਫ ਉਹਦੀ ਰਜਿਸਟਰੇਸ਼ਨ, ਅਕਾਊਂਟਸ, ਮੁਤਵੱਲੀਜ਼, ਫਾਈਨਾਂਸ, ਸੈਂਟਰਲ ਗੌਰਮੈਂਟ ਦੀਆਂ ਪਾਵਰਸ ਕਿਹੜੀਆਂ ਨੇ ਜਾਂ ਉਹਨਾਂ ਦੇ ਕਿਹੜੇ ਕਿਹੜੇ ਫੰਕਸ਼ਨ ਨੇ, ਉਹਨਾਂ ਦੇ ਉੱਤੇ ਕੁਐਸਚਨ ਆਉਣਗੇ। ਸੋ ਇਸ ਤਰੀਕੇ ਨਾਲ ਆਪਾਂ ਡਿਟੇਲ ਦੇ ਵਿੱਚ ਇਹਨੂੰ ਵਕਫ ਐਕਟ ਨੂੰ ਪੜ੍ਹਾਂਗੇ ਔਰ ਪੂਰੀ ਜਾਣਕਾਰੀ ਕਿ ਆਪਾਂ ਨੇ ਇਸ ਦੇ ਨੰਬਰ ਐਗਜ਼ਾਮ ਦੇ ਵਿੱਚ ਐਡ ਹੋਣੇ ਨੇ, ਇਹਦਾ ਮਤਲਬ ਕਿ ਸਾਨੂੰ ਇਹਦੇ ਬਾਰੇ ਚੰਗੀ ਅਤੇ ਡੂੰਘੀ ਜਾਣਕਾਰੀ ਹੋਣੀ ਚਾਹੀਦੀ ਹੈ, ਉਸ ਚੀਜ਼ ਨੂੰ ਆਪਾਂ ਹਾਸਿਲ ਕਰਾਂਗੇ। ਇਹਦੇ 'ਚ ਕੁਝ ਕੁਐਸਚਨ, ਵਿੱਚ ਅਮੰਗ ਦਾ ਫੋਲੋਇੰਗ ਇਜ਼ ਅ ਚੈਰੀਟੇਬਲ ਟਰੱਸਟ, ਵਕਫ, ਵਕਾਲਾ, ਤਜਾਰਾ, ਇਜਾਰਾ, ਠੀਕ ਹੈ, ਇਹਨਾਂ 'ਚੋਂ ਕਿਹੜਾ ਜਿਹੜਾ ਹੈ ਚੈਰੀਟੇਬਲ ਟਰੱਸਟ ਹੈ, ਦ ਇੰਸਟੀਟਿਊਸ਼ਨ ਫੋਰ ਇਕਨੋਮਿਕ ਵੈਲਫੇਅਰ ਆਫ ਮੁਸਲਿਮ ਸੋਸਾਇਟੀ ਇਜ਼ ਜ਼ਕਾਤ, ਸਦਾਕਾ, ਵਕਫ, ਖੈਰ, ਠੀਕ ਹੈ ਜੀ, ਵਿੱਚ ਅਮੰਗ ਦਾ ਫੋਲੋਇੰਗ ਇਜ਼ ਐਸੋਸੀਏਟਿਡ ਵਿਦ ਵਕਫ, ਵਾਕਿਫ, ਮੁਤਵੱਲੀ, ਕਾਜ਼ੀ। ਸੋ ਇਸ ਤਰੀਕੇ ਦੇ ਜਿਹੜੇ ਕੁਐਸਚਨ ਨੇ ਇਹਨਾਂ ਨੂੰ ਵੀ ਆਪਾਂ ਡਿਸਕਸ ਕਰਾਂਗੇ ਤਾਂ ਕਿ ਤੁਹਾਨੂੰ ਡੂੰਘੀ ਜਾਣਕਾਰੀ ਹੋ ਜਾਏ ਔਰ ਤੁਸੀਂ ਇਸ ਪੇਪਰ ਦੇ ਚੰਗੇ ਨੰਬਰ ਲੈ ਕੇ ਇੱਕ ਚੰਗੀ ਮੈਰਿਟ ਆਪਣੀ ਹਾਸਿਲ ਕਰ ਸਕੋ। ਸੋ ਇਹਦੇ ਨਾਲ ਹੀ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਕੁਝ ਕਲਾਸਾਂ ਆਪਾਂ ਔਨਲਾਈਨ ਵੀ ਕਰਾਂਗੇ, ਯੂਟਿਊਬ ਦੇ ਉੱਤੇ ਵੀ ਕਰਾਂਗੇ, ਪਰ ਇਹਦਾ ਡਿਟੇਲਡ ਕੋਰਸ ਜਿਹੜਾ ਸੀਗਾ ਆਪਣੀ ਐਪ ਦੇ ਵਿੱਚ ਅਸੀਂ ਜਿਹੜਾ ਵਕਫ ਬੋਰਡ ਦਾ ਇੱਕ ਕੋਰਸ ਬਣਾਇਆ ਉਹਦੇ ਵਿੱਚ ਡਿਟੇਲ ਦੇ ਵਿੱਚ ਐਡ ਵੀ ਕਰ ਰਹੇ ਹਾਂ। ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਉਰਦੂ ਦੀਆਂ ਕਲਾਸਾਂ ਵੀ ਅਸੀਂ ਆਲਰੇਡੀ ਸ਼ੁਰੂ ਕੀਤੀਆਂ ਨੇ, ਔਰ ਬਹੁਤ ਅੱਛਾ ਹੁੰਗਾਰਾ ਉਹਨਾਂ ਦਾ ਮਿਲਿਆ, ਬਹੁਤ ਅੱਛਾ ਲੋਕਾਂ ਨੇ ਪਸੰਦ ਕੀਤਾ ਉਰਦੂ ਦੀ ਕਲਾਸ ਨੂੰ ਵੀ। ਇਸੇ ਤਰੀਕੇ ਨਾਲ ਜਿਹੜਾ ਕੋਰਸ ਹੈ ਉਹਦੇ ਵਿੱਚ ਪ੍ਰੋਪਰ ਉਰਦੂ ਦੀਆਂ ਕਲਾਸਿਸ, ਉਹਦਾ ਸਟੱਡੀ ਮਟੀਰੀਅਲ ਔਰ ਉਹਦੇ ਡਿਟੇਲਡ ਇਨਫੋਰਮੇਸ਼ਨ ਜਿਹੜੀ ਸੀ ਉਹਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਕੁਝ ਕਲਾਸਾਂ ਯੂਟਿਊਬ ਦੇ ਉੱਤੇ ਵੀ ਚੱਲਦੀਆਂ ਰਹਿਣਗੀਆਂ। ਓਕੇ, ਥੈਂਕ ਯੂ।